ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਕਰਤਾਰਪੁਰ ਕੋਰੀਡੋਰ 'ਤੇ ਚੱਲਦੇ ਹੋਏ ਕੰਮ ਦੀ ਕਿੰਨੀ ਸਪੀਡ ਨਾਲ ਉਹ ਹੋ ਰਿਹਾ ਅਤੇ ਕਿੱਥੋਂ ਤੱਕ ਪਹੁੰਚ ਚੁੱਕਾ ਸਾਰੀ ਜਾਣਕਾਰੀ ਦੇਵਾਂਗੇ ਅਤੇ ਨਿਰੀਖਣ ਕਰਾਂਗੇ ਕਿ ਕਦੋਂ ਤੱਕ ਇਹ ਕੰਮ ਹੋ ਸਕਦਾ ਹੈ ਕੰਪਲੀਟ ਅਤੇ ਕਿੰਨੇ ਚਿਰ ਤੱਕ ਸੰਗਤਾਂ ਦਰਸ਼ਨ ਕਰਨ ਜਾ ਸਕਦੀਆਂ। ਤੁਸੀਂ ਜਿਵੇਂ ਆ ਦੇਖ ਰਹੇ ਹੋ, ਇਹ ਸਾਰਾ ਕਵਰਡ ਏਰੀਆ ਜਿਹੜਾ ਹੈ ਆਲਮੋਸਟ ਰੈਡੀ ਹੈ। ਜ਼ਿਆਦਾ ਕੰਕਰੀਟ ਦਾ ਕੰਮ ਹੈ, ਉਹ ਵੀ ਬਣਿਆ ਹੀ ਆ ਜਾਂਦਾ ਅਤੇ ਜਿੰਨੀ ਵੀ ਆ ਰੂਫਿੰਗ ਹੈ, ਇਹਦਾ ਛੱਤ ਦਾ ਕੰਮ ਹੈ, ਨਟ ਬੋਲਟਸ ਨਾਲ ਕੱਸੀ ਜਾਣੀ ਹੈ। ਸਭ ਉੱਚ ਤਕਨੀਕੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਕੰਮ 'ਤੇ ਅਤੇ ਬਹੁਤ ਹੀ ਸਪੀਡੀ ਕੰਮ ਹੋ ਰਿਹਾ। ਮੀਂਹ ਕਰਕੇ ਥੋੜ੍ਹਾ ਕੰਮ ਲੇਟ ਹੋਇਆ ਸੀ, ਪਰ ਹੁਣ ਫਿਰ ਕੰਮ ਜਿਹੜਾ ਉਹ ਫੁੱਲ ਸਵਿੰਗ 'ਤੇ ਚੱਲ ਰਿਹਾ, ਆਲਮੋਸਟ ਕੰਪਲੀਟਿਡ ਹੈ। ਫਲੋਰਿੰਗ ਜਿਹੜੀ ਆਲਮੋਸਟ ਹੋ ਚੁੱਕੀ ਆ, ਤੁਸੀਂ ਦੇਖਦੇ ਹੋਵੋਗੇ ਵਿੱਚੋਂ ਵਿੱਚੋਂ ਕਵਰ ਕੀਤਾ ਹੋਇਆ ਜਿਹੜਾ ਫਲੋਰ ਜਿੱਥੇ ਪੱਥਰ ਵਗੈਰਾ ਲੱਗ ਚੁੱਕਾ ਹੈ। ਸੋ ਇੱਧਰੋਂ ਆਲਮੋਸਟ ਕੰਮ ਕੰਪਲੀਟ ਹੈ, ਪੁਲ ਬਣ ਚੁੱਕਿਆ। ਪਾਕਿਸਤਾਨ ਵੱਲੋਂ ਵੀ ਕੋਰੀਡੋਰ ਦਾ ਕੰਮ ਕੰਪਲੀਟ ਹੋ ਚੁੱਕਿਆ। ਸਾਡੇ ਵਾਲੇ ਪਾਸਿਓਂ ਯਾਨੀ ਕਿ ਇੰਡੀਆ ਵਾਲੇ ਪਾਸਿਓਂ 8 ਨਵੰਬਰ ਤੱਕ ਉਦਘਾਟਨ ਕਰ ਦਿੱਤਾ ਜਾਏਗਾ ਅਤੇ ਕੰਮ ਕੰਪਲੀਟ ਕਰਕੇ ਸੰਗਤਾਂ ਦਰਸ਼ਨ ਕਰਨ ਲਈ ਪਾਕਿਸਤਾਨ ਕਰਤਾਰਪੁਰ ਸਾਹਿਬ ਜਾ ਸਕਦੇ।